दोस्तों अजकल पंजाबियों ये कह के बड़ा टारगेट किया जा रहा कि पंजाबी तो बस रीलां जां फिर गीतां जोगे रह गए हैं, पर की तुहानूं पता कि भावें गल करिए आई टी सैक्टर की, होटल मैनेजमेंट की, जां फिर रीयल अस्टेट की, हर एक पहलू विच सिख सरदारां दा नाम बोलता है। पंजाबी इकल्ले नच्चण टप्पण वाले नहीं, सगों अपनी मेहनत नाल अजिहे कारनामे करन वाले हन जिन्हां नूं लोकी सोच भी नहीं सकते। दुनिया ते अजिहे भी सिख हन जो 500 मिलियन पाउंड भारतीय करंसी च देखा जाए तो 5000 करोड़ रुपए गुरु घरां दी मरम्मत लई ही दान कर देंदे हन। कई वार तां अपनी पग बेजती का बदला लैण लई पग्गां दे रंग दीआं 15 तों वी ज़्यादा रोल्स रॉयस कारां खरीद लैंदे हन। ਅਤੇ ਕਈ ਤਾਂ ਆਪਣੀ ਪੱਗ ਦੀ ਕਰਕੇ ਇੱਕ ਸਰਕਾਰੀ ਨੌਕਰੀ ਛੱਡ 20 ਮਿਲੀਅਨ ਡਾਲਰ ਤੋਂ ਵੀ ਵੱਡਾ ਬਿਜ਼ਨਸ ਮਾਡਲ ਖੜਾ ਕਰ ਦਿੰਦੇ ਹਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੈਕਟ ਪੰਜਾਬ ਉੱਤੇ। ਦੋਸਤੋ, ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਅਜਿਹੇ ਪੰਜਾਬੀ ਸਿੱਖਾਂ ਬਾਰੇ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਦੀ ਸੂਚੀ 'ਚ ਆਪਣਾ ਨਾਂ ਦਰਜ ਕੀਤਾ। ਅਤੇ ਵੀਡੀਓ ਦੇ ਅਖੀਰ ਵਿੱਚ ਇੱਕ ਅਜਿਹੇ ਸਿੱਖ ਭਰਾਵਾਂ ਦੀ ਵੀ ਗੱਲ ਕਰਾਂਗੇ ਜੋ ਕਿਸੇ ਵੇਲੇ ਸਭ ਤੋਂ ਅਮੀਰ ਸਿੱਖ ਭਰਾ ਮੰਨੇ ਜਾਂਦੇ ਸਨ, ਪਰ ਅੱਜ ਕਈ ਕਾਰਨਾਂ ਕਰਕੇ ਜੇਲ੍ਹ ਵਿੱਚ ਬੈਠੇ ਹਨ। ਸੋ ਹੁਣ ਬਿਨਾਂ ਸਮਾਂ ਬਰਬਾਦ ਕੀਤੇ ਵੀਡੀਓ ਸ਼ੁਰੂ ਕਰਦੇ ਹਾਂ। ਪੀਟਰ ਵਿਰਦੀ। ਪੀਟਰ ਵਿਰਦੀ ਇੰਗਲੈਂਡ ਦੇ ਮਸ਼ਹੂਰ ਸਿੱਖ ਕਾਰੋਬਾਰੀ ਹਨ। ਪੀਟਰ ਵਿਰਦੀ ਦਾ ਜਨਮ ਇੰਗਲੈਂਡ ਦੇ ਬਰਮਿੰਗਮ ਵਿੱਚ ਹੋਇਆ। ਦੋਸਤੋ, ਜਦ ਪੀਟਰ ਵਿਰਦੀ ਦੇ ਪਿਤਾ ਇੰਗਲੈਂਡ ਵਿੱਚ ਗਏ ਤਾਂ ਉਸ ਵੇਲੇ ਪੰਜਾਬੀਆਂ ਅਤੇ ਭਾਰਤੀਆਂ ਦਾ ਇੰਗਲੈਂਡ ਵਿੱਚ ਬਹੁਤ ਜ਼ਿਆਦਾ ਮਾੜਾ ਹਾਲ ਸੀ। ਉਹਨਾਂ ਸਮਿਆਂ ਵਿੱਚ ਇੰਗਲੈਂਡ ਦੀਆਂ ਦੁਕਾਨਾਂ ਦੇ ਬਾਹਰ ਲਿਖਿਆ ਹੁੰਦਾ ਸੀ ਕਿ ਡੋਗਸ ਐਂਡ ਇੰਡੀਅਨਸ ਆਰ ਨੋਟ ਅਲਾਊਡ, ਮਤਲਬ ਕਿ ਕੁੱਤੇ ਅਤੇ ਭਾਰਤੀ ਦੁਕਾਨ ਵਿੱਚ ਨਹੀਂ ਆ ਸਕਦੇ। ਪਰ ਦੋਸਤੋ, ਅੱਜ ਉਸ ਹੀ ਧਰਤੀ ਜਿੱਥੇ ਸਾਡੇ ਵੱਡੇ ਵਡੇਰਿਆਂ ਨਾਲ ਮਾੜਾ ਸਲੂਕ ਕੀਤਾ ਗਿਆ ਸੀ, ਪੀਟਰ ਵਿਰਦੀ 4 ਬਿਲੀਅਨ ਪਾਉਣ ਤੋਂ ਵੀ ਵੱਧ ਦੇ ਮਾਲਕ ਬਣ ਕੇ ਬੜੀ ਸ਼ਾਨ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਇੰਗਲੈਂਡ ਵਿੱਚ ਹੀ ਰਹਿੰਦਿਆਂ ਪੀਟਰ ਵਿਰਦੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੱਕ ਲੈਬੋਰਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਪਰ ਲੈਬੋਰਟਰੀ ਵਿੱਚ ਕੰਮ ਕਰਨਾ ਪੀਟਰ ਵਿਰਦੀ ਦੇ ਮਨ ਨੂੰ ਚੰਗਾ ਨਹੀਂ ਲੱਗਦਾ ਸੀ, ਜਿਸ ਦੀ ਵਜ੍ਹਾ ਕਾਰਨ ਉਹਨਾਂ ਨੇ ਇਹ ਕੰਮ ਛੱਡ ਆਪਣਾ ਖੁਦ ਦਾ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚਿਆ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਪੀਟਰ ਵਿਰਦੀ ਦੇ ਮਾਤਾ ਪਿਤਾ ਕੱਪੜੇ ਦਾ ਬਿਜ਼ਨਸ ਕਰਦੇ ਸਨ, ਪਰ ਪੀਟਰ ਵਿਰਦੀ ਨੇ ਆਪਣਾ ਪਹਿਲਾ ਬਿਜ਼ਨਸ ਆਪਣੀ ਦਿਲੀ ਇੱਛਾ ਅਨੁਸਾਰ ਰੀਅਲ ਅਸਟੇਟ ਵਿੱਚ ਸ਼ੁਰੂ ਕੀਤਾ। ਇਸ ਪ੍ਰਾਪਰਟੀ ਦੇ ਬਿਜ਼ਨਸ ਵਿੱਚ ਪੀਟਰ ਵਿਰਦੀ ਨੂੰ ਕਾਫੀ ਸਫਲਤਾ ਵੀ ਮਿਲੀ। ਰੀਅਲ ਅਸਟੇਟ ਮਤਲਬ ਕਿ ਪ੍ਰਾਪਰਟੀ ਦੇ ਬਿਜ਼ਨਸ ਤੋਂ ਇਲਾਵਾ ਪੀਟਰ ਵਿਰਦੀ ਸੋਲਰ ਪਾਵਰ ਅਤੇ ਇੰਸ਼ੋਰੈਂਸ ਨਾਲ ਰਿਲੇਟਡ ਕਾਫੀ ਕਾਰੋਬਾਰ ਚਲਾ ਰਹੇ ਹਨ। ਇਹਨਾਂ ਬਿਜ਼ਨਸ ਤੋਂ ਇਲਾਵਾ ਪੀਟਰ ਵਿਰਦੀ ਕਈ ਹੋਰ ਵੱਡੀਆਂ ਕੰਪਨੀਆਂ ਦੇ ਵਿੱਚ ਵੀ ਇਨਵੈਸਟ ਕਰ ਚੁੱਕੇ ਹਨ। ਪੀਟਰ ਵਿਰਦੀ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਉਹਨਾਂ ਦੇ ਟੀਚਰ ਨੇ ਉਹਨਾਂ ਦੇ ਪੇਰੈਂਟ ਨੂੰ ਇਹ ਗੱਲ ਕਹੀ ਸੀ ਕਿ ਤੁਹਾਡਾ ਬੱਚਾ ਝਾੜੂ ਲਾਉਣ ਵਾਲਾ ਕੰਮ ਕਰ ਲਏ, ਇਹਦੇ ਲਈ ਉਹੀ ਬਹੁਤ ਹੋਵੇਗਾ। ਪਰ ਦੋਸਤੋ, ਅੱਜ ਪੀਟਰ ਵਿਰਦੀ 4 ਬਿਲੀਅਨ ਪਾਉਣ ਦੇ ਮਾਲਕ ਬਣ ਚੁੱਕੇ ਹਨ। ਦਾਨ ਜਾਂ ਫਿਰ ਦਸਵੰਧ ਕੱਢਣਾ ਸਿੱਖਾਂ ਦੇ ਖੂਨ ਵਿੱਚ ਹੀ ਹੁੰਦਾ ਹੈ ਅਤੇ ਇਸ ਪਰੰਪਰਾ ਨੂੰ ਪੀਟਰ ਵਿਰਦੀ ਬਖੂਬੀ ਨਾਲ ਨਿਭਾ ਵੀ ਰਹੇ ਹਨ। 2016-17 ਵਿੱਚ ਪੀਟਰ ਵਿਰਦੀ ਵੱਲੋਂ ਵਿਦੇਸ਼ੀ ਧਰਤੀ ਉੱਤੇ ਬਣੇ ਸਭ ਤੋਂ ਪਹਿਲੇ ਗੁਰਦੁਆਰੇ ਸਾਹਿਬ, ਜੋ ਕਿ ਸੈਂਟਰਲ ਇੰਗਲੈਂਡ ਵਿੱਚ ਮੌਜੂਦ ਹੈ, ਉਸ ਦੀ ਮੁਰੰਮਤ ਦੇ ਲਈ ਸਿੱਖ ਸੰਗਤ ਨਾਲ ਮਿਲ ਕੇ 12 ਲੱਖ ਪਾਉਣ ਦੀ ਸੇਵਾ ਕੀਤੀ ਸੀ। ਦੋਸਤੋ, ਕਈ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਜਦ ਕਰਤਾਰਪੁਰ ਲਾਂਘਾ ਖੁੱਲ੍ਹਿਆ ਗਿਆ ਸੀ ਤਦ ਉਸ ਵੇਲੇ ਪਾਕਿਸਤਾਨ ਜਾਣ ਲਈ ਪਾਸਪੋਰਟ ਦੀ ਸ਼ਰਤ ਰੱਖੀ ਗਈ ਸੀ, ਜਿਸ ਦੀ ਵਜ੍ਹਾ ਕਾਰਨ ਸਾਡੇ ਬਜ਼ੁਰਗਾਂ ਅਤੇ ਬਾਕੀ ਸੰਗਤ ਨੂੰ ਦਰਸ਼ਨਾਂ ਵਿੱਚ ਕਾਫੀ ਮੁਸ਼ਕਲ ਆਉਣੀ ਸੀ। ਪਰ ਦੋਸਤੋ, ਪੀਟਰ ਵਿਰਦੀ ਨੇ ਆਪਣੀ ਪਹੁੰਚ ਨੂੰ ਵਰਤ ਕੇ ਇਮਰਾਨ ਖਾਨ ਨੂੰ ਇਹ ਸ਼ਰਤ ਖਤਮ ਕਰਨ ਲਈ ਕਿਹਾ ਅਤੇ ਇਸ ਤਰ੍ਹਾਂ ਇਮਰਾਨ ਖਾਨ ਨੇ ਉਹਨਾਂ ਦੀ ਗੱਲ ਵੀ ਮੰਨ ਲਈ। ਦੋਸਤੋ, ਇਸ ਤੋਂ ਇਲਾਵਾ ਪੀਟਰ ਵਿਰਦੀ ਵੱਲੋਂ ਗੁਰੂ ਘਰਾਂ ਦੀ ਸਾਂਭ ਸੰਭਾਲ ਲਈ 500 ਮਿਲੀਅਨ ਪਾਉਂਡ, ਜੋ ਕਿ ਭਾਰਤੀ ਕਰੰਸੀ 'ਚ 5000 ਕਰੋੜ ਹਨ, ਦਾਨ ਕੀਤੇ ਗਏ ਸਨ। ਅਜੇਪਾਲ ਬੰਗਾ। ਸਿੱਖ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਅਜੇਪਾਲ ਬੰਗਾ ਦਾ ਜਨਮ ਪੂਨੇ ਮਹਾਰਾਸ਼ਟਰ ਵਿੱਚ ਹੋਇਆ। ਦੱਸ ਦਈਏ ਕਿ ਅਜੇਪਾਲ ਬੰਗਾ ਦਾ ਪਿਛੋਕੜ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਹੈ, ਕਿਉਂਕਿ ਉਹਨਾਂ ਦੇ ਪਿਤਾ ਜਲੰਧਰ ਦੇ ਰਹਿਣ ਵਾਲੇ ਸਨ। ਪਿਤਾ ਜੀ ਆਰਮੀ ਵਿੱਚ ਹੋਣ ਕਰਕੇ ਅਜੇਪਾਲ ਬੰਗਾ ਨੇ ਇੱਕ ਥਾਂ 'ਤੇ ਟਿਕ ਕੇ ਪੜ੍ਹਾਈ ਨਹੀਂ ਕੀਤੀ। ਅਜੇਪਾਲ ਬੰਗਾ ਨੇ ਆਪਣੀ ਐਜੂਕੇਸ਼ਨ ਅਲੱਗ ਅਲੱਗ ਸ਼ਹਿਰਾਂ ਜਿਵੇਂ ਕਿ ਜਲੰਧਰ, ਦਿੱਲੀ ਅਤੇ ਅਹਿਮਦਾਬਾਦ ਤੋਂ ਹਾਸਲ ਕੀਤੀ। ਅਜੇਪਾਲ ਬੰਗਾ ਦੇ ਬਾਰੇ ਕੁਝ ਹੋਰ ਦੱਸਣ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਉਹਨਾਂ ਨਾਲ ਜੁੜਿਆ ਇੱਕ ਰੌਚਕ ਫੈਕਟ ਜ਼ਰੂਰ ਸਾਂਝਾ ਕਰਾਂਗੇ। ਦੋਸਤੋ, ਇੱਕ ਆਮ ਇਨਸਾਨ 10 ਸਾਲਾਂ ਵਿੱਚ ਜਿੰਨੀ ਕਮਾਈ ਕਰਦਾ ਹੈ, ਉਨੀ ਕਮਾਈ ਅਜੇਪਾਲ ਬੰਗਾ ਇੱਕ ਦਿਨ ਵਿੱਚ ਕਰ ਲੈਂਦੇ ਹਨ।
क्योंकि उन्हां दी 2020 दे मुताबिक एक दिन की कमाई 50 लाख रुपए के करीब सी। अजयपाल बंगा वालों एडा वड्डा मुकाम किवें हासिल किया गया, आओ इस उपर चर्चा करते हाँ। अजयपाल बंगा वालों 1981 के दौरान नैस्ले कंपनी नूं ज्वाइन किया गया। नैस्ले कंपनी विच उन्हां वालों लगातार 13 साल तक काम किया गया। इन्हां 13 सालों विच अजयपाल बंगा ने बहुत कुछ सीखा। एक दो होर कंपनियों विच थोड़े समय लई काम करन तों बाद अजयपाल बंगा ने 2010 के दौरान मास्टरकार्ड कंपनी ने ज्वाइन किया। अजयपाल बंगा की मेहनत और काबिलियत को देख मास्टरकार्ड कंपनी वालों उन्होंने कंपनी का सीईओ नियुक्त किया गया। जिस समय अजयपाल बंगा सीईओ बने सन उस समय कंपनी की हालत बहुत ज़्यादा खराब सी, पर अज तुसी देख सकते हो कि अज हर घर हर एक इंसान को मास्टरकार्ड या फिर डेबिट कार्ड जरूर देखने को मिलता है। फोर्बस जिस विच दुनिया के अमीर अते मशहूर हस्तियों की एक लिस्ट तैयार की जाती है उस विच अजयपाल बंगा 18वां स्थान मिलिया सी। जेकर अजयपाल बंगा दी नैटवर्थ की गल करिए उन्हां दी टोटल नैटवर्थ 222 मिलियन डॉलर के करीब है। इत्थे तुहानूं दस दईए कि अजयपाल बंगा 1 जनवरी 2021 नूं मास्टरकार्ड के सीईओ की पदवी तो रिटायरमेंट लै चुके हैं। मास्टरकार्ड के सीईओ रहने तो इलावा अजयपाल बंगा नूं US के प्रेजिडेंट रह चुके बराक ओबामा वल्लों 2015 व्यापार नीति सलाहकार वजो चुनिया गया सी। 2016 के विच अजयपाल बंगा नूं उहनां दी प्रसिद्धि अते कम्मां दी करके पद्म श्री अवार्ड नाल सम्मानित भी किया गया सी। रूबेन सिंह जो कि अपनी पग नाल दीआं रोल्स रॉयस गड्डियां खरीदण लई जाने जाते हैं दुनिया के सब तो अमीर सिखां विचों एक हन, पर की तुहानूं इस गल दा पता है कि रूबेन सिंह ने अपनी पग नाल दीआं इन्नियां ज़्यादा महंगीआं गड्डियां रखणियां क्यों शुरू कीतीआं? जेकर नहीं तां फिर सुणो दोस्तों। 2017 के विच रूबेन सिंह नूं एक इंग्लिशमैन ने उन्हां दी पग दा मजाक उड़ाउंदे होए कहा सी कि तुहाडी पग सिर उपर लगे एक बैंडेज वर्गी है। रूबेन सिंह नूं इह कमेंट बहुत ज़्यादा हर्ट किया। इस तरह उन्होंने उस बंदे नूं जवाब देण अते पग दी अहमियत दसण लई अपनी पग नाल दीआं रोल्स रॉयस कारां रखण दा चैलेंज किया। अज दी तरीक विच उन्हां कोल लगभग 15 तों भी ज़्यादा रोल्स रॉयस कारां हन। जेकर गल करिए रूबेन सिंह दी लाइफ स्टोरी दी तो उन्हां दा जन्म एक सिख परिवार विच इंग्लैंड दी धरती ते 1976 विच होया। लगभग 12-13 सालों की उम्र में रूबेन सिंह अपने फैमिली बिजनेस में हाथ बटाउण लगे। 18 साल की उम्र में उन्हां वल्लों अपना पहला खुद का बिजनेस शुरू किया गया। इस बिजनेस का नाम सी मिस एटीट्यूड जो कि कुड़ियों के ब्यूटी प्रोडक्ट नाल रिलेटड सी। सिर्फ 20 साल की उम्र तक रूबेन सिंह ने इस बिजनेस नूं इन्ना वड्डा किया कि सिर्फ यूके दे विच ही मिस एटीट्यूड के 100 तों वध स्टोर खोले गए। उन्हां दी इस बिजनेस दी करके वह दुनिया के सब तो छोटी उम्र के मिलियन ऑफ डॉलर के मालिक बने। उन्हां दा यह वर्ल्ड रिकॉर्ड गिनीज बुक ऑफ रिकॉर्ड च भी दर्ज किया गया। कई लोग उन्होंने यूके दे बिल गेट्स वजों भी जानते हैं। इस बिजनेस नूं कई कारणों करके बेचण तों बाद रूबेन सिंह ने ऑल डे पा नाम की कंपनी शुरू की। यह कंपनी बहुत सारिया कंपनियों की कॉल्स लैन अते उन्हां दी देखरेख का काम करती है। एक समय यह कंपनी बैंकरप्ट घोषित कर दिती गई सी, पर रूबेन सिंह ने अपनी मेहनत के नाल मुड़ इस कंपनी नूं हासिल किया। अज इस कंपनी के सीईओ अते मालिक हैं। जेकर उन्हां दी नैटवर्थ की गल करिए 103 मिलियन डॉलर के मालिक हैं। संत चटवाल दोस्तों, संत चटवाल का होटल अते रेस्टोरेंट्स का बिजनेस अमेरिका, इंडिया, होंगकोंग अते कैनेडा वर्गियां कंट्रीज़ विच फैलिया होया है। संत चटवाल का जन्म 1946 दे विच पाकिस्तान पंजाब विच होया। जद उन्हां दी उम्र 1 साल ही सी उस वेले देश दी वंड दे कारण वह पाकिस्तान तो पंजाब आ गए। सिर्फ 18 साल की उम्र विच चटवाल जी इंडियन आर्म्ड फोर्स विच भर्ती हो गए। इत्थे उन्होंने एक फाइटर पायलट वजो काम किया। कुछ समय बाद उन्हां नूं इथोपिया जाना पिया। इथोपिया विच काम करन लई उन्हां अगे शर्त रखी गई कि वह अपनी पग ला के केस अते दाढ़ी कट के ही काम कर सकते हैं, पर चटवाल जी ने अपनी सरदारी बरकरार रखदिया उत्थे काम करन तो ना कर दिती। इस तों बाद वह इथोपिया विच एक टीचर वजों काम करन लगे। टीचिंग लाइन के नाल वह रेस्टोरेंट विच भी काम करते सन। अचानक एक बार उस रेस्टोरेंट का ओनर बीमार हो गया, जिस दी वजह करके उस ओनर ने कुछ समय लई संत चटवाल जी नूं अपना काम संभाल दिता। चटवाल जी ने इस समय दौरान इन्नी ज़्यादा मेहनत की कि वह रेस्टोरेंट का प्रॉफिट कई गुणा ज़्यादा हो गया।
ਜਦ ਇਸ ਗੱਲ ਬਾਰੇ ਕੰਪਨੀ ਦੇ ਓਨਰ ਨੂੰ ਪਤਾ ਲੱਗਿਆ ਤਾਂ ਉਸਨੇ ਚਟਵਾਲ ਜੀ ਨਾਲ ਪਾਰਟਨਰਸ਼ਿਪ ਕਰ ਲਈ। ਸੋ ਇਸ ਤਰ੍ਹਾਂ ਉਹਨਾਂ ਨੇ ਆਪਣੀ ਬਿਜ਼ਨਸ ਦੀ ਸ਼ੁਰੂਆਤ ਕੀਤੀ। ਕੁਝ ਸਮੇਂ ਬਾਅਦ ਚਟਵਾਲ ਜੀ USA ਚਲੇ ਗਏ ਅਤੇ 10 ਸਾਲਾਂ ਦੀ ਕੜੀ ਮਿਹਨਤ ਨਾਲ 1986 ਵਿੱਚ ਉਹਨਾਂ ਵੱਲੋਂ ਲਗਭਗ 76 ਰੈਸਟੋਰੈਂਟ ਪੂਰੇ ਅਮਰੀਕਾ ਵਿੱਚ ਖੋਲ੍ਹੇ ਗਏ। ਰੈਸਟੋਰੈਂਟ ਤੋਂ ਇਲਾਵਾ ਚਟਵਾਲ ਜੀ ਨੇ ਹੋਟਲ ਬਿਜ਼ਨਸ ਵਿੱਚ ਵੀ ਕੰਮ ਕਰਨਾ ਸ਼ੁਰੂ ਕੀਤਾ। ਚਟਵਾਲ ਜੀ ਨੇ ਆਪਣਾ ਪਹਿਲਾ ਹੋਟਲ ਨਿਊਯਾਰਕ ਵਿੱਚ ਖੋਲ੍ਹਿਆ ਜਿਸਦਾ ਉਦਘਾਟਨ ਬਿੱਲ ਕਲਿੰਟਨ ਵੱਲੋਂ ਕੀਤਾ ਗਿਆ। ਇੱਥੇ ਦੱਸ ਦਈਏ ਕਿ ਬਿੱਲ ਕਲਿੰਟਨ ਅਮਰੀਕਾ ਦੇ ਪੂਰਵ ਰਾਸ਼ਟਰਪਤੀ ਹਨ। ਕਿਸੇ ਸਮੇਂ ਚਟਵਾਲ ਜੀ ਦਾ ਬਿਜ਼ਨਸ ਅਸਮਾਨ ਸੂ ਰਿਹਾ ਸੀ ਪਰ 2014 'ਚ ਕਈ ਆਰੋਪਾਂ ਦੇ ਚੱਲਦੇ ਉਹਨਾਂ ਨੂੰ ਕਾਫ਼ੀ ਨੁਕਸਾਨ ਵੀ ਝੱਲਣਾ ਪਿਆ ਪਰ ਫਿਰ ਵੀ ਅੱਜ ਦੀ ਤਰੀਕ ਵਿੱਚ ਉਹਨਾਂ ਦੀ ਨੈੱਟਵਰਥ $20 million ਦੇ ਕਰੀਬ ਹੈ। 2014 'ਚ ਪ੍ਰਤਿਭਾ ਪਾਟਲ ਜੀ ਵੱਲੋਂ ਪਦਮ ਭੂਸ਼ਣ ਅਵਾਰਡ ਨਾਲ ਚਟਵਾਲ ਜੀ ਨੂੰ ਸਨਮਾਨਿਤ ਕੀਤਾ ਗਿਆ ਸੀ। ਅੱਜ ਦੇ ਸਮੇਂ ਚਟਵਾਲ ਜੀ ਕਈ ਹੋਟਲ ਬ੍ਰਾਂਡਸ ਜਿਵੇਂ ਕਿ ਦਾ ਚਟਵਾਲ, ਡ੍ਰੀਮ ਹੋਟਲਸ, ਟਾਈਮ ਹੋਟਲਸ ਦੇ ਮਾਲਕ ਹਨ। ਦੋਸਤੋ ਹੁਣ ਗੱਲ ਕਰਦੇ ਹਾਂ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਜੀ ਦੀ। ਦੋਸਤੋ ਅਸੀਂ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਇਸ ਸੂਚੀ ਵਿੱਚ ਜਾਣਬੁੱਝ ਕੇ ਸ਼ਾਮਿਲ ਕੀਤਾ ਹੈ। ਅਸੀਂ ਤੁਹਾਨੂੰ ਇਹਨਾਂ ਦੋਨਾਂ ਭਰਾਵਾਂ ਦੇ ਜ਼ਰੀਏ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਅਰਸ਼ਾਂ ਤੋਂ ਫਰਸ਼ਾਂ ਤੱਕ ਆਉਣ ਲਈ ਬਹੁਤ ਥੋੜ੍ਹਾ ਸਮਾਂ ਲੱਗਦਾ ਹੈ ਅਤੇ ਕਈ ਵਾਰ ਬਹੁਤਾ ਲਾਲਚ ਵੀ ਸਾਨੂੰ ਲੈ ਡੁੱਬਦਾ ਹੈ। ਦੋਸਤੋ ਜੇਕਰ 2010 ਦੀ ਗੱਲ ਕਰੀਏ ਤਾਂ ਉਸ ਵੇਲੇ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਪੂਰੇ ਵਰਲਡ ਦੇ ਅਮੀਰ ਸਿੱਖ ਭਰਾ ਸਨ ਪਰ 2019 ਆਉਂਦਿਆਂ ਇਹ ਦੋਨੋਂ ਭਰਾ ਗ੍ਰਿਫਤਾਰ ਕਰ ਲਏ ਗਏ। ਇਸ ਪਿੱਛੇ ਕੀ ਕਾਰਨ ਸੀ ਕਿ ਦੋ ਅਜਿਹੇ ਭਰਾ ਜਿਨ੍ਹਾਂ ਉੱਪਰ ਪੂਰੇ ਪੰਜਾਬੀਆਂ ਨੂੰ ਮਾਣ ਸੀ ਇੱਕਦਮ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ। ਦੋਸਤੋ ਗੱਲ ਆ 2008 ਦੀ ਜਦ ਰੈਨਬੈਕਸੀ ਕੰਪਨੀ ਜਿਸਦੇ ਕਿ ਮਲਵਿੰਦਰ ਅਤੇ ਸ਼ਵਿੰਦਰ ਮਾਲਕ ਸਨ ਬੁਲੰਦੀਆਂ ਨੂੰ ਛੂ ਰਹੀ ਸੀ। ਰੈਨਬੈਕਸੀ ਕੰਪਨੀ ਉਸ ਵੇਲੇ ਇੰਡੀਆ ਦੀਆਂ ਟੌਪ ਕੰਪਨੀਆਂ 'ਚੋਂ ਇੱਕ ਸੀ। ਉਸੇ ਵੇਲੇ ਹੀ ਮਲਵਿੰਦਰ ਅਤੇ ਸ਼ਵਿੰਦਰ ਨੇ ਮਿਲ ਕੇ ਆਪਣੀ ਰੈਨਬੈਕਸੀ ਇੱਕ ਜਪਾਨੀ ਕੰਪਨੀ ਨੂੰ 15,000 ਕਰੋੜ ਰੁਪਏ ਦੇ ਪ੍ਰੋਫਿਟ ਨਾਲ ਵੇਚ ਦਿੱਤੀ ਪਰ ਇਸ ਤੋਂ ਬਾਅਦ ਜਪਾਨੀ ਕੰਪਨੀ ਨੇ ਦੋਨੋਂ ਭਰਾਵਾਂ ਉੱਪਰ ਇਸ ਡੀਲ ਦੇ ਦੌਰਾਨ ਕਈ ਗੱਲਾਂ ਉੱਪਰ ਪਰਦਾ ਰੱਖਣ ਦੇ ਸੰਬੰਧ ਵਿੱਚ ਕੇਸ ਕਰ ਦਿੱਤਾ। ਇਸ ਤਰ੍ਹਾਂ 2019 ਆਉਂਦਿਆਂ ਇਹਨਾਂ ਦੋਨੋਂ ਭਰਾਵਾਂ ਨੂੰ ਕਈ ਹੋਰ ਇਲਜ਼ਾਮਾਂ ਅਤੇ ਜਪਾਨੀ ਕੰਪਨੀ ਨਾਲ ਧੋਖੇਧੜੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਰੈਨਬੈਕਸੀ ਕੰਪਨੀ ਵੇਚਣ ਤੋਂ ਬਾਅਦ ਦੋਨੋਂ ਭਰਾਵਾਂ ਨੇ 15,000 ਕਰੋੜ ਰੁਪਏ ਦਾ ਪ੍ਰੋਫਿਟ ਕਮਾਇਆ ਸੀ ਪਰ ਅੱਜ ਦੀ ਤਰੀਕ ਵਿੱਚ ਇਹ ਦੋਨੋਂ ਭਰਾ ਲਗਭਗ 13,000 ਕਰੋੜ ਰੁਪਏ ਦੇ ਕਰਜ਼ੇ ਹੇਠ ਹਨ। ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਫੈਕਟ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਸਬਸਕ੍ਰਾਈਬ ਕਰਨ ਤੋਂ ਬਾਅਦ ਨਾਲ ਵਾਲੀ ਘੰਟੀ ਜ਼ਰੂਰ ਦਬਾ ਲੈਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤੁਸੀਂ ਹੋਰ ਨਵੀਂ ਅਪਡੇਟਸ ਲਈ ਸਾਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਇੰਸਟਾਗ੍ਰਾਮ ਅਕਾਊਂਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ।